बाबा होश कर बाबा, अखा खोल, देख मैं तेरे बिलों। हेलो। हाँ बाबर, पिंड वाले ने तेनू मार मार के बेहोश कर दिया, ते पिंडों बाहर छुट गए, पर मैं तेनू इत्थे लेके आई हां। मैनू क्यों बचाए बिलो? पिंड वाले भी मैनू मारना चाहते ने, जगीरदार भी मैनू मारना चाहता है। मैनू मैनू मरी जाना चाहिदा सी। मैं बड़ा धोखेबाज हाँ बिलो, मैं तेरे नाल ही धोखा किया। नहीं नहीं बाबा नहीं, कल तक तू सब कुछ होगा, पर आज नहीं। जे सारे रल के तेन मारा ना ना लग पेंदे ते मैं तेरा वाल भी विंगा नहीं सी होंदे। मेरे नाल इसे तरह होना चाहिए सी बिलो। ए मनु मेरे पुराने जुर्मा की सजा मिली है। ਮੈਨੂੰ ਨਹੀਂ ਸੀ ਪਤਾ ਕਿ ਜਿਹਨੂੰ ਮੈਂ ਯਾਰ ਬਣਾਇਆ ਉਹ ਇਨਸਾਨ ਨਹੀਂ ਦਰਿੰਦਾ ਹੈ, ਦਰਿੰਦਾ। ਤੂੰ ਯਾਰ ਬਣਾਉਣ ਚ ਗਲਤੀ ਕੀਤੀ ਸੀ, ਪਰ ਮੈਂ ਸੱਜਣ ਬਣਾਉਣ ਚ ਜ਼ਰਾ ਵੀ ਗਲਤੀ ਨਹੀਂ ਕੀਤੀ। ਜਗੀਰਦਾਰ ਦੇ ਜ਼ੁਲਮਾਂ ਨੂੰ ਵੇਖ ਕੇ ਮੇਰਾ ਦਿਲ ਖੂਨ ਦੇ ਅੱਥਰੋਂ ਸੁੱਟਦਾ ਸੀ, ਪਰ ਮੈਂ ਸੋਚਦੀ ਸਾਂ ਕੋਈ ਤੇ ਇੱਕ ਐਸੀ ਦੀਵਾਰ ਹੋਵੇ ਜਿਹੜੀ ਉਸ ਸਾਲਿਮ ਦੀ ਰਾਹ ਟੱਕੇ, ਤੇ ਉਹ ਦੀਵਾਰ ਰੱਬ ਨੇ ਤੇਰੇ ਰੂਪ ਵਿੱਚ ਬਣਾ ਦਿੱਤੀ ਤੇ ਮੈਂ ਇਹ ਦੀਵਾਰ ਟੁੱਟਣ ਨਹੀਂ ਦਿਆਂਗੀ, ਸਗੋਂ ਹੋਰ ਪੱਕੀ ਕਰਾਂਗੀ। ਸਰਾ ਰਾਮ ਨਾਲ ਸਾਲਮਾ ਨੇ ਲਹੂ ਹੀ ਬੜਾ ਕੱਢਿਆ, ਤੂੰ ਲੇਟਿਆ ਰਹੋ ਤੇ ਮੈਂ ਸੇਵ ਕਰਨੀ। ਕੁਛ ਨਹੀਂ ਕੁਛ ਨਹੀਂ। ਅਫੋ ਅਜੀਬ ਗੱਲ ਹੈ, ਕਦੀ ਚੁੱਪ ਹੋ ਜਾਣਾ ਹੈ, ਕਦੀ ਸੋਚਣ ਲੱਗ ਪੈਣਾ। ਰੱਬ ਦਾ ਵਾਸਤਾ ਹੀ ਆਪਣੇ ਆਪ ਨੂੰ ਸੰਭਾਲ, ਤੂੰ ਦੁਸ਼ਮਣ ਨਾਲ ਟੱਕਰ ਲੈਣੀ। ਮੈਂ ਦੁਸ਼ਮਣਾਂ ਦੇ ਇਹੋ ਜਿਹੀ ਇੱਟ ਨਾਲ ਲਿੱਟ ਵਜਾਵਾਂਗਾ ਕਿ ਐਡੀ ਵੱਡੀ ਜਗੀਰ ਸ਼ਬਾਸ ਖਾਨ ਨੂੰ ਕਬਰ ਲਈ ਥਾਂ ਨਹੀਂ ਮਿਲੇਗੀ। ਹਾਏ 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 ਹਾਏ, ਮੇਰਾ ਮਤਲਬ ਇਹ ਨਹੀਂ ਸੀ ਕਿ ਤੂੰ ਆਪਣੀ ਜ਼ਿੰਦਗੀ ਦਾਅ ਤੇ ਲਾਵੀਂ। ਹੱਥਾਂ ਨਾਲ ਨਹੀਂ ਅਕਲ ਨਾਲ ਲੜਨਾ ਚਾਹੀਦਾ, ਅਕਲ ਨਾਲ। ਕਸਮ ਨਾ ਪਾ ਬਿਲੋ, ਮੈਂ ਲਾਲੇ ਸਾਦਕ ਦੇ ਖੂਨ ਦੇਖ ਕੇ ਕਤਰੇ ਦਾ ਹਿਸਾਬ ਲੈਣਾ ਹੈ। ਜੇ ਉਹ ਸਾਰੇ ਕੰਮ ਬਣ ਗਏ ਜਿਹੜਾ ਲਾਲਾ ਸਾਦਕ ਚਾਹੁੰਦਾ ਸੀ ਤੇ ਉਹਦੀ ਰੂਹ ਖੁਸ਼ ਹੋ ਜਾਏਗੀ, ਤੇ ਇਹ ਬਦਲਾ ਅਕਲਮੰਦੀ ਦਾ ਸਬੂਤ ਹੋਵੇਗਾ। ਸਭ ਤੋਂ ਜ਼ਿਆਦਾ ਬਾਬਰ ਦਾ ਲਹੂ ਕੱਢਿਆ ਸੀ, ਹੁਣ ਤੇਰੇ ਕੁਕੜੀਆਂ ਦੀ ਯਖਨੀ ਨਾਲ ਮੈਂ ਵੀ ਉਹਦਾ ਲਹੂ ਪੂਰਾ ਕਰਾਂਗੀ ਭੱਲੋ। ਹਾਂ
ਕੌਣ ਚੁੱਕ ਕੇ ਲੈ ਗਿਆ? ਕੌਣ ਸੱਦਾ ਤੇ ਕਿੱਧਰ ਗਿਆ ਵੇ? ਹਾਂ, ਮੇਰਾ ਖਿਆਲ ਹੈ ਬਿੱਲੋ ਹੋ ਸਕਦੀ ਹੈ। ਕਿੱਧਰ ਮੂੰਹ ਚੁੱਕ ਕੇ ਲਗਾਣਾ? ਐ ਤੇ ਸੁੱਤੀ ਹੋਈ ਹੈ। ਤੇਰਾ ਕੀ ਖਿਆਲ ਹੈ, ਇਸ ਲਈ ਉੱਠ ਕੇ ਭੰਗੜਾ ਪਾਉਂਦੀ? ਉਹਦੇ ਢਿੱਡ ਚ ਪੀੜ ਵੀ ਹੁੰਦੀ, ਉੱਠ ਕੇ ਬੈਠੀ ਹੋਵੇ। ਉਹ ਗੱਲ ਕੀ ਹੈ, ਦੱਸਦਾ ਕਿਉਂ ਨਹੀਂ? ਮੇਰਾ ਕੁੱਕੜ ਤੇ ਕੁੱਕੜੀ ਚੋਰੀ ਹੋ ਗਏ ਨੇ। ਦੋਵੇਂ ਚੋਰੀ ਹੋ ਗਏ? ਆਹੋ, ਮੇਰਾ ਖਿਆਲ ਹੈ ਤੇਰਾ ਕੁੱਕੜ ਕੁੱਕੜੀ ਨੂੰ ਲੈ ਕੇ ਫਰਾਰ ਹੋ ਗਿਆ। ਓਏ, ਇਹ ਕੀ ਬਕਵਾਸ ਕੀਤੀ ਹੋਇਆ? ਤੈਨੂੰ ਮੇਰੀ ਭੈਣ ਕੁੱਕੜੀ ਚੋਰ ਨਜ਼ਰ ਆਉਂਦੀ ਹੈ? ਇਸ ਤੋਂ ਪਹਿਲੇ ਕਿ ਮੇਰੀ ਇੱਕ ਅੱਖ ਦੇ ਵਿੱਚ ਹੋਣ ਉਤਰੇ, ਮੇਰੀ ਅੱਖ ਦੇ ਸਾਹਮਣੇ ਉਹ ਤਾਹ ਆ ਜਾ। ਓ ਹਲਾ, ਓਏ ਇੱਧਰ ਕਿੱਧਰ ਉੱਧਰ ਮਾਰੇ। ਖਰਾਬ ਚਾ ਵੱਡੇ ਮੂੰਹ ਵਾਲਿਆ ਤੇਰਾ ਬੇੜਾ ਗਰਕ ਹੋਵੇ, ਤੈਨੂੰ ਭੂਲ ਲੜਨ, ਤੇਰਾ ਮੂੰਹ ਹੋਰ ਸੁੱਜਾ। ਮਸਾ ਮਸਾ ਹਾਲਾਤ ਠੀਕ ਹੋ ਲਗੇ ਸਨ, ਆਰਾਮ ਦੀ ਰੋਟੀ ਮਿਲ ਲੱਗੀ ਸੀ, ਬੇੜਾ ਗਰਕ ਨੇ ਖਾਣਾ ਹੀ ਖਰਾਬ ਕਰਤਾ। ਯਖਰੀ ਤਾਂ ਕੀ, ਮੈਂ ਪਾਣੀ ਦੀ ਉਦੋਂ ਤੱਕ ਖੂਨ ਤੇ ਕੁਰ ਸਮਝ ਕੇ ਪੀਵਾਂਗਾ ਬਿੱਲੋ, ਜਦ ਤੱਕ ਮੈਂ ਲਾਲੇ ਸਾਦਕ ਦੀ ਮੌਤ ਦਾ ਬਦਲਾ ਨਹੀਂ ਲੈ ਲੈਂਦਾ। ਫਿਰ ਉਹੀ ਗੱਲ, ਪਿੰਡ ਵਾਲੇ ਤੇ ਪਹਿਲਾਂ ਹੀ ਬੱਕਰੀ ਬਣ ਗਏ ਨੇ। ਪਿੰਡ ਵਾਲਿਆਂ ਨੇ ਸ਼ਹਿਬਾਜ਼ ਖਾਨ ਦੇ ਡਰ ਤੋਂ ਜਿਹੜਾ ਕੰਮ ਸ਼ੁਰੂ ਕਰ ਦਿੱਤਾ, ਬੜਾ ਚੰਗਾ ਕੀਤਾ। ਨਹੀਂ ਤਾਂ ਉਸ ਖੂਨੀ ਦਰਿੰਦੇ ਨੇ ਬੜਾ ਹੀ ਜਾਨੀ ਨੁਕਸਾਨ ਕਰਨਾ ਸੀ। ਪਰ ਮੈਨੂੰ ਇਹ ਸਮਝ ਨਹੀਂ ਆ ਸਕੀ ਕਿ ਉਹ ਡਾਕੂ ਮੈਨੂੰ ਮਾਰਨਾ ਕਿਉਂ ਚਾਹੁੰਦੇ ਸਨ। ਬਾਬਰ, ਤੂੰ ਕੱਲਾ ਹੈ ਤੇ ਦੁਸ਼ਮਣ ਬੇਸ਼ੁਮਾਰ, ਤੇਰੀ ਇੱਥੇ ਹਰ ਇਨਸਾਨ ਨੂੰ ਲੋੜ ਹੈ। ਜੇ ਤੈਨੂੰ ਕੁਝ ਹੋ ਗਿਆ ਤੇ ਸਮਝ ਲਈ, ਸਾਡੇ ਛੋਟੇ ਛੋਟੇ ਘਰ ਕਬਰਾਂ ਬਣ ਜਾਣਗੀਆਂ। ਤੈਨੂੰ ਹਰ ਕਦਮ ਸੋਚ ਸਮਝ ਕੇ ਚੁੱਕਣਾ ਚਾਹੀਦਾ ਹੈ। ਕਦਮ ਕਦਮ ਤੇ ਮੌਤ ਹੈ, ਤੈਨੂੰ ਮੌਤ ਕੋਲੋਂ ਬਚਣਾ ਚਾਹੀਦਾ ਹੈ। ਅੱਲਾ ਬਚਾਉਣ ਵਾਲਾ ਬਿੱਲੋ, ਤੂੰ ਫਿਕਰ ਨਾ ਕਰ, ਸਭ ਠੀਕ ਹੋ ਜਾਏਗਾ। ਮੈਂ ਅੱਜ ਰਾਤ ਨੂੰ ਲਾਲੇ ਸਾਦਕ ਦੇ ਘਰ ਵਾਲਿਆਂ ਨੂੰ ਮਿਲ ਕੇ ਇੱਥੋਂ ਚਲਾ ਜਾਵਾਂਗਾ। ਪਰ ਕਿੱਥੇ? ਤੈਨੂੰ ਬਹੁਤਾ ਚਿਰ ਉਡੀਕਣਾ ਨਹੀਂ ਪਵੇਗਾ। ਤੈਨੂੰ ਸਿੱਧਾ ਵੇਖ ਕੇ ਬੜੀ ਖੁਸ਼ੀ ਹੋਈ, ਤੇ ਰਹੀ ਗੱਲ ਉਡੀਕਦੀ, ਜਿਹਦੀਆਂ ਉਡੀਕਾਂ ਸਨ ਉਹ ਹੀ ਨਾ ਰਿਹਾ, ਤੇ ਹੁਣ ਕਾਹਦੀਆਂ ਉਡੀਕਾਂ? ਲਾਲੇ ਸਾਦਕ ਦੀ ਮੌਤ ਦਾ ਮਾਤਮ ਹਰ ਘਰ ਚੋਰਿਆ ਪਰ ਜਾਈ,
ਇਸ ਲਈ ਕਿ ਉਹ ਹਰ ਗਰੀਬ ਦੀ ਜ਼ਰੂਰਤ ਸੀ, ਹਰ ਮਜ਼ਬੂਰ ਦਾ ਸਹਾਰਾ ਸੀ। ਮੈਨੂੰ ਕਸਮ ਹੈ ਪੈਦਾ ਕਰਨ ਵਾਲੇ ਦੀ, ਮੈਂ ਉਹਦੇ ਖੂਨ ਦਾ ਹਿਸਾਬ ਜ਼ਰੂਰ ਲਵਾਂਗਾ ਭਰਜਾਈ। ਮੈਂ ਉਹਦੇ ਖਾਬਾਂ ਦੀ ਤਾਬੀਰ ਜ਼ਰੂਰ ਪੜ੍ਹਾਂਗਾ। ਤੂੰ ਫਿਕਰ ਨਾ ਕਰ ਭਰਜਾਈ, ਯਕੀਨ ਰੱਖ ਕੇ ਚੰਗੇ ਦਿਨ ਜ਼ਰੂਰ ਆਉਣਗੇ। ਬਸ ਤੂੰ ਰਾਣੋ ਦੇ ਵਿਆਹ ਦੀ ਤਿਆਰੀ ਸ਼ੁਰੂ ਕਰ ਦੇ। ਆਹੋ ਭਰਜਾਈ, ਮੈਂ ਆਪਣੀ ਰਾਣੋ ਨੂੰ ਬੜੀ ਧੂਮ ਧਾਮ ਨਾਲ ਵਿਆਹਾਂਗਾ। ਮੈਂ ਉਹਨੂੰ ਪਿਓ ਦੀ ਕਮੀ ਮਹਿਸੂਸ ਨਹੀਂ ਹੋਣ ਦਿਆਂਗਾ। ਚਾਚਾ ਆ ਪੁੱਤ ਰਾਜੂ, ਤੂੰ ਠੀਕ ਹੈ ਨਾ ਯਾਰ? ਚਾਚਾ ਤੂੰ ਆਪਾਂ ਦੀ ਵਿਆਹ ਦੀ ਗੱਲ ਕਰ ਰਿਹਾ ਸੀ ਨਾ? ਆਹੋ ਪੁੱਤਰ, ਹੁਣ ਤੇਰੀ ਆਪਾਂ ਦਾ ਵਿਆਹ ਵੀ ਹੋਵੇਗਾ ਤੇ ਮੈਂ ਆਪਣੇ ਪੁੱਤਰ ਲਈ ਸੋਹਣੇ ਸੋਹਣੇ ਕੱਪੜੇ ਵੀ ਲਿਆਵਾਂਗਾ। ਰਾਣੋ ਕਿੱਥੇ? ਜਿੰਨਾ ਤੀਆਂ ਦੇ ਬਾਬਲ ਰੁੱਸ ਜਾਂਦੇ ਨੇ ਉਹ ਤੀਆਂ ਆਪਣੇ ਆਪ ਨਾਲ ਰੁੱਸ ਜਾਂਦੀਆਂ ਨੇ। ਰਾਣੋ ਨਾ ਤੇ ਕੁਝ ਖਾਂਦੀ ਹੈ ਤੇ ਨਾ ਹੀ ਕੁਝ ਪੀਂਦੀ ਹੈ। ਤੇਰਾ ਚਾਚਾ ਵਾਂ, ਮੇਰੇ ਨਾਲ ਵੀ ਨਹੀਂ ਬੋਲੇਂਗੀ? ਨਹੀਂ ਰਾਣਾ, ਨਹੀਂ। ਤੇਰੀਆਂ ਅੱਖਾਂ ਚੋਂ ਅੱਥਰੂ ਟਿੱਕੇ ਚੰਗੇ ਨਹੀਂ ਲੱਗਦੇ। ਤੂੰ ਤੂੰ ਤੇ ਮਸੂਮ ਹੈ ਪੁੱਤਰ। ਧੀਆਂ ਤੇ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਚੰਗੀਆਂ ਲੱਗਦੀਆਂ ਨੇ। ਜਿਹਨਾਂ ਧੀਆਂ ਤੇ ਬਾਬਲ ਰੁੱਸਣ ਚਾਚਾ, ਗੁੱਡੀਆਂ ਪਟੋਲਿਆਂ ਨਾਲ ਨਹੀਂ ਖੇਡਦੀਆਂ, ਉੱਤੇ ਆ ਗੁੱਡੀਆਂ ਪਟੋਲੇ ਬਣ ਜਾਂਦੀਆਂ ਨੇ। ਰਾਣੋ ਰਾਣੋ, ਰੱਬ ਦਾ ਵਾਸਤੇ ਇਸ ਤਰ੍ਹਾਂ ਨਾ ਕਹੋ, ਨਹੀਂ ਤੇ ਮੇਰਾ ਕਲੇਜਾ ਪਾਟ ਜਾਏਗਾ। ਮੈਂ ਤੇਰਾ ਮੋਇਆ ਬਾਬਲ ਵਾਪਸ ਤੇ ਨਹੀਂ ਲਿਆ ਸਕਦਾ, ਪਰ ਤੈਨੂੰ ਮੇਰੇ ਚੋਂ ਆਪਣੇ ਬਾਬਲ ਦੀ ਤਸਵੀਰ ਨਜ਼ਰ ਆਏਗੀ। ਤੈਨੂੰ ਮੇਰੇ ਸਾਏ ਥੱਲੇ ਆਪਣੇ ਬਾਬਲ ਦੀ ਛਾਂ ਮਿਲੇਗੀ। ਰਾਣੋ ਮੈਂ ਤੇਰੇ ਨਾਲ ਵਾਅਦਾ ਕਰਨਾ ਪੁੱਤਰ, ਮੈਂ ਸਾਰੇ ਜ਼ਮਾਨੇ ਦੀਆਂ ਖੁਸ਼ੀਆਂ ਲਿਆ ਕੇ ਆਪਣੀ ਧੀ ਦੀ ਝੋਲੀ ਚ ਪਾ ਦਿਆਂਗਾ। ਚਾਚਾ
बड़ी बड़ी मेहरबानी मालिक साहब, अज तो तुम इस घर के मालिक हो। जे मैं रकम की फौरी जरूरत ना होती तो मैं तुम कभी मजबूर ना करता। माफी चाहना वा। नहीं नहीं, माफी की कड़ी गल। बाबर, इस घर के कई बार गाहक आए ने, पर तू हमेशा एक ही गल कही है कि बाबर की जान विक सकती है, वो मां प्यो की निशानी नहीं विक सकती। दारिया, सारी हयाती चोरी चकारी की थी है, और सोचा कि कुछ नेक काम भी कर लवा, हो सकता अल्लाह इसे बहाने माफ कर दे। बिल्कुल उस तरह ही होएगा जिस तरह तू चाहना है। दरअसल अज तुहानू उन्हां थाणे च काम करना पै रहा है जिहड़े अंग्रेज हुकूमत ने बनाए सन। बड़ी मेहनत करनी पै रही है, पर आहिस्ता आहिस्ता मुल्क के लोगों को कानूनी तहफज हासिल होएगा, पर इहदे लई आवाम नू भी हुकूमत की मदद करनी पएगी। बड़ी मेहरबानी एस पी साहब, मैं माफी नाले गुजारिश करांगा, एक आम देहाती इस तरह नहीं कर सकता। अज का देहाती जुलम की इहो जिही चक्की च पिस रहा है कि वो नजदीक चौधरी तो वड्डा कोई कानून नहीं। इन्हों का शऊर बेदार करने लई हुण इस तरह कुछ तुहानू आप करना पवेगा। बेशक बेशक, असी ये काम बड़े जोर शोर में कर रहे हैं और इंशाल्लाह हालात बड़ी जल्दी काबू च आ जाएंगे। आजादी का सूरज तुलू हो चुके हैं बाबर, बस ये सेंटर चांद की देर है, पूरे मुल्क चानन हो जाएगा। यार शहबाज खान, मैं पुलिस का कुछ अमला हवेली छड़ आया, बाकी तो फिक्र ना कर, कल कुछ डॉक्टर ते मास्टर भी पहुंच जाएंगे। उन्होंने नाल ही आना सी, पर उन्होंने कुछ किताबां ते दवाइयां खरीदनी सन। नाले साधक दे कतल दा मसला भी छेती हल हो जाएगा। फिक्र नहीं, कोई गल नहीं जागीरदार साहब, जरूर कदे भी मुकम्मल नहीं होता। मुजरिम अपने पीछे कोई ना कोई रस्ता छड़ जाता है, जिसे असीं टुर के मुजरम की शरह तक पहुंच जाने। बड़ी मेहरबानी साहब, आदर, तू जरा इधर होके मेरी गल सुने ना। माफ करना साहब आदर, कोई गल बड़ा कारी वार की ते दुश्मन मजारे की मार तो तू बच गया है, पर मेरी मार तो तू नहीं बच सकेगा। ए तेरा भुलेखा है शहबाज खान, जे मेरे वर्गा तेरा यार कोई नहीं सी ते फिर दुश्मन भी कोई नहीं होगा। कानून तेरी ताऊ ते बह गया है, मैनु कंसन दसते हुए और डाकू कौंसन ते लाले साधक का कातल कौन है, उसके कातल नु ते पुलिस लभेगी, पर तेरे कातल नु लभन की लोड़ नहीं पेगी। जिन्होंने तू लैके आया तो जेड़े पिछे आ रहे ने किसी के पैर नहीं टिकन देगा। पैर ते तेरे अपने उखड़ गए ने बलो, अपने दिमाग दिया खिड़कियां खोल ते सोच, ये
जो कुछ भी हो रहा सिर्फ तेरी बेहतरी आस्ते हो रहा है। जे मैं अपनी जिंदगी उस घर वाले ने नवे ना लाई होती जिन्होंने तू उजाड़िया है ते मैं तेनू तेरे पंजे समेत मुका देना सी। जे रब ने तेनू मौका दिता शहबाज खान ते बंदे का पुत्र बन जा, अपने जुर्म का इकरार करके फांसी के तख्त ते चढ़ जा, रब तेनू माफ कर देगा। रब मैनू माफ करे या ना करे पर मैं तेनू माफ नहीं करांगा, कभी माफ नहीं करांगा। ते फिर बागा कन्ना तक ने शहबाज खान मैं तेरिया पंबीरिया पवा देंगा। तेनू सारे सच्चे रब की दुश्मना दे खून नाल इस पास धरती नू लाल लाल कर दे। ते शहबाज खान दे जुल्म नहीं गिने जांदे ते फिर मेरे हथों कत्ल होने ने जुल्म भी नहीं गिने जांदे। रब की कसम एहो जिहा अशर करांगा कि इस तकदीर विच एक दम नहीं रहेगा। ਸੱਜਣ ਤੇ ਦੁਸ਼ਮਣ ਦੋਵੇਂ ਤੇਰੇ ਸਾਹਮਣੇ ਨੇ, ਤੇਰੇ ਸੱਜਣਾਂ ਦਾ ਹੁਣੇ ਵਾਰੀ ਵਾਰੀ ਮੁੱਕ ਮੁਕਾ ਹੋ ਜਾਏਗਾ ਤੇ ਤੇਰੇ ਦੁਸ਼ਮਣ ਇਹਨਾਂ ਦੀਆਂ ਲਾਸ਼ਾਂ ਤੇ ਪੰਗੇ ਪਾਣਗੇ। ਹਰਾਨ ਦੇ ਜ਼ੁਲਮਤ ਵੀ ਖੀਰ ਹੋ ਗਈ ਸੀ ਤੇ ਰੱਬ ਨੇ ਉਹਨੂੰ ਦਰਿਆ ਚੋਂ ਰਸਤਾ ਦੇ ਕੇ ਉਹਦੇ ਚ ਉਹਨੂੰ ਖਾਸ ਕੀਤਾ ਸੀ। ਨਾ ਜ਼ਮੀਨ ਫੁੱਟ ਸਕਦੀ ਹੈ ਤੇ ਨਾ ਹੀ ਅਸਮਾਨ ਮੇਰੇ ਇਕੱਲੇ ਤੇ ਟਿਕ ਸਕਦਾ ਹੈ। ਬਾਬਰ ਚਾਰੇ ਪਾਸੇ ਅੱਗ ਲੱਗੀ ਹੋਈ ਹੈ ਤੇ ਬੁੱਝ ਸਿਰਫ
ਇੱਕੋ ਹੀ ਤਰੀਕੇ ਨਾਲ ਸਕਦੀ ਹੈ। ਅੱਜ ਤੱਕ ਜੋ ਕੁਛ ਵੀ ਹੋਇਆ ਹੈ ਕਾਨੂੰਨ ਦੀ ਨਜ਼ਰ ਵਿੱਚ ਸਭ ਕੁਛ ਤੇਰੇ ਖਾਤੇ 'ਚ। ਜੇ ਤੂੰ ਆਪਣੇ ਸੱਜਣਾਂ ਦੀਆਂ ਜ਼ਿੰਦਗੀਆਂ ਚਾਹਨਾ ਹੈ ਤੇ ਫਿਰ ਡਾਕੂਆਂ ਨਾਲ ਰਲ ਕੇ ਕਾਨੂੰਨ ਦੇ ਸਾਹਮਣੇ ਸੌ ਜਾ। ਤੇਰੇ ਇੰਜ ਕਰਨ ਨਾਲ ਕਾਨੂੰਨ ਇਲਮ ਤੇ ਇਲਾਜ ਵਾਲੇ ਮੇਰੀ ਜਗੀਰ 'ਚ ਚਲੇ ਜਾਣਗੇ। ਜੇ ਤੂੰ ਇਨਕਾਰ ਕੀਤਾ ਰੇੜਾ ਤੇਰੇ ਭਤੀਜੇ ਦੇ ਪੈਰਾਂ ਥੱਲੇ ਨਿਕਲ ਜਾਏਗਾ ਤੇ ਇਹਦੀ ਲਾਸ਼ ਰੱਸੇ ਨਾਲ ਟੰਗੀ ਰਹਿ ਜਾਏਗੀ ਤੇ ਦੂਜੇ ਇਸ਼ਾਰੇ ਤੇ ਮੇਰੇ ਬੰਦਿਆਂ ਦੀਆਂ ਪਰਚੀਆਂ ਇਹਨਾਂ ਵਿਚਾਰਿਆਂ ਦੇ ਸੀਨੇ ਚੋਂ ਬਾਹਰ ਹੋ ਜਾਣਗੀਆਂ। ਬਾਕੀ ਸਿਰਫ ਤੂੰ ਰਹਿ ਜਾਏਗਾ ਤੇ ਤੈਨੂੰ ਮਾਰਨ ਦਾ ਸਵਾਬ ਮੈਂ ਆਪ ਖੱਟਾਂਗਾ ਯਾਰ ਮਾਰਾ। ਇਹਨਾਂ ਦੇ ਕਤਲ ਤੇਰੇ ਨਾਲ ਤੇ ਤੇਰਾ ਕਤਲ ਮੇਰੇ ਨਾਲ। ਪਰ ਯਾਦ ਰੱਖੀ ਤੈਨੂੰ ਮਾਰਨ ਦੀ ਮੈਨੂੰ ਸਜ਼ਾ ਨਹੀਂ ਇਨਾਮ ਮਿਲੇਗਾ। ਬੋਲ ਕਿਹੜਾ ਰਸਤਾ ਤਿਆਰ ਕਰਨਾ ਹੀ। ਸੋਚੀ ਕਿਉਂ ਪੈ ਗਿਆ ਚਾਚਾ, ਜਿਹੜੀ ਰਾਤ ਚੱਲ ਕੇ ਮੇਰਾ ਪਿਓ ਕੁਰਬਾਨ ਹੋਇਆ ਸੀ ਉਸ ਨਾਲ ਹੀ ਮੇਰਾ ਸਿਰ ਵੀ ਹਾਜ਼ਰ ਹੈ। ਬਸ ਕਰ ਦੇ ਰਾਣਾ, ਬਸ ਕਰ ਦੇ। ਜੇ ਮੇਰਾ ਇਮਾਨ ਡੋਲ ਗਿਆ ਤੇ ਗੁਲਾਮੀ ਦੀਆਂ ਤੰਗੀਆਂ ਸਾਡੇ ਸਾਰਿਆਂ ਦਾ ਮੁਕੱਦਰ ਬਣ ਜਾਂਦੀਆਂ। ਜੇ ਰੱਬ ਨੇ ਸਾਡੀ ਮੌਤ ਇਸ ਖਬੀਸ ਦੇ ਹੱਥੋਂ ਲਿਖੀ ਏ ਤੇ ਫਿਰ ਇਹਨੂੰ ਕੋਈ ਨਹੀਂ ਕਰ ਸਕਦਾ। ਮਾਰ ਦੋ you
ਸ਼ਬਾਸ ਖਾਨ, ਆਹ ਜ਼ਿੰਦਗੀ ਤੈਨੂੰ ਨਹੀਂ ਬਚਾ ਸਕਦੀ। ਮੈਂ ਤੈਨੂੰ ਉਸੇ ਤਰ੍ਹਾਂ ਰੋਲਾਂਗਾ ਜਿਸ ਤਰ੍ਹਾਂ ਤੂੰ ਮਜ਼ਰੀਆਂ ਨੂੰ ਰੋਲਦਾ ਸੀ। ਥਾਣੇਦਾਰ ਜੀ, ਇਸ ਲਈ ਕਿ ਸਾਰੇ ਆਜ਼ਾਦ ਹੋ ਗਏ ਨੇ, ਉਹ ਤੇ ਚੜਾ ਪਾਏਗਾ ਉਹ ਹੀ ਖਾਏਗਾ।